हाँ जी सत श्री अकाल जी सारिआं नूं। अज आपां नवजोत सिंह सिद्धू की कहानी लैके आए हाँ, जो कि पहला इंडिया की क्रिकेट टीम च खेडदे सी, उस तों बाद उह क्रिकेट विच कमेंटर भी रहे ते हुण उह राजनीति नाल जुड़े हुए ने ते पंजाब कांग्रेस पार्टी के प्रधान ने। इस वीडियो विच आपां उहनां दे जीवन, फैमिली स्ट्रगल ते परसनल लाइफ के नाल नाल उहनां दी प्रॉपर्टी बारे भी गल करांगे। सो पूरी जानकारी लई वीडियो नाल जुड़े रहो। सो सब तों पहला नवजोत सिंह सिद्धू का जन्म 20 अक्तूबर 1963 नूं पंजाब दे शहर पटियाला विच पिता सरदार भगवान सिंह ते माता निर्मल सिद्धू दे घर जट सिख परिवार च होया। उहनां दी पत्नी दा नाम नवजोत कौर सिद्धू है, जो कि डाक्टर भी ने ते पॉलिटिशियन भी ने, ते इहनां दोवां दी लव मैरिज होई सी। इहनां दी बेटी दा नाम राबिया सिद्धू ते बेटे दा नाम करण सिद्धू है। उहनां ने पटियाला दे यादविंदर स्कूल तों अपनी शुरुआती पढ़ाई कीती, जिस तों बाद उह चंडीगढ़ दे मोहिंद्रा कॉलेज च पढ़े ते फिर पंजाब यूनिवर्सिटी तों LLB दी डिग्री कंप्लीट कीती। उहनां नूं आर्मी विच जाण दा भी शौक सी, इस करके उहनां ने NDA दी प्रीख्या भी पास कीती। हुण जे उहनां ਦੇ ਕ੍ਰਿਕਟ ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਭਗਵੰਤ ਸਿੰਘ ਵੀ ਕ੍ਰਿਕਟ ਪਲੇਅਰ ਸੀ। ਉਹ ਵੀ ਇਹੀ ਚਾਹੁੰਦੇ ਸੀ ਕਿ ਉਹਨਾਂ ਦਾ ਪੁੱਤਰ ਦੇਸ਼ ਲਈ ਕ੍ਰਿਕਟ ਖੇਡੇ, ਇਸੇ ਲਈ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਸਵੇਰੇ 4 ਵਜੇ ਜਗਾ ਦਿੰਦੇ ਸੀ ਤਾਂ ਕਿ ਉਹ ਦੌੜ ਲਗਾ ਸਕੇ। ਪਰ ਸਿੱਧੂ ਬਹੁਤ ਸ਼ਰਾਰਤੀ ਸੀ, ਉਹ ਆਪਣੇ ਘਰ ਦੇ ਨੌਕਰਾਂ ਨੂੰ 20 ਰੁਪਏ ਦੇ ਕੇ ਫੇਰ ਸੋ ਜਾਂਦਾ ਸੀ ਤੇ ਜਦੋਂ ਉਹਨਾਂ ਦੇ ਪਿਤਾ ਜੀ ਆਉਂਦੇ ਸੀ ਤਾਂ ਉਹ ਆਪਣੇ ਉੱਪਰ ਪਾਣੀ ਦੇ ਛਿੱਟੇ ਮਾਰ ਲੈਂਦਾ ਸੀ ਤਾਂ ਕਿ ਇੰਜ ਲੱਗੇ ਕਿ ਗਰਮੀ ਆਈ ਹੋਈ ਹੈ। ਸਿੱਧੂ ਸ਼ਾਮ ਨੂੰ ਪ੍ਰੈਕਟਿਸ ਜ਼ਰੂਰ ਕਰਦਾ ਸੀ ਪਰ ਪ੍ਰੈਕਟਿਸ ਤੇ ਟਾਈਮ ਨਾਲ ਕਦੇ ਨਹੀਂ ਸੀ ਪਹੁੰਚਦਾ, ਇਹ ਉਹਨਾਂ ਦੀ ਬੁਰੀ ਆਦਤ ਸੀ। ਕੁਝ ਸਾਲ ਬਾਅਦ ਕੜੀ ਮਿਹਨਤ ਤੋਂ ਬਾਅਦ ਉਹਨਾਂ ਦੀ ਇੰਡੀਆ ਦੀ ਕ੍ਰਿਕਟ ਟੀਮ 'ਚ ਸਿਲੈਕਸ਼ਨ ਹੋ ਗਈ ਪਰ ਪਹਿਲੇ ਹੀ ਮੈਚ ਵਿੱਚ ਉਹਨਾਂ ਨੇ ਮਾੜੀ ਪਰਫਾਰਮੈਂਸ ਕੀਤੀ ਜਿਸ ਕਰਕੇ ਉਹ ਟੀਮ ਇੰਡੀਆ 'ਚੋਂ ਬਾਹਰ ਕੱਢ ਦਿੱਤੇ ਗਏ। ਤਾਂ ਫਿਰ ਅਗਲੇ ਹੀ ਦਿਨ ਉਹਨਾਂ ਨੇ ਆਪਣੇ ਪਿਤਾ ਨੂੰ ਰੋਂਦੇ ਦੇਖਿਆ ਤੇ ਉਹਨਾਂ ਦੇ ਪਿਤਾ ਦੇ ਹੱਥ 'ਚ ਅਖਬਾਰ ਸੀ। ਪਿਤਾ ਦੀਆਂ ਅੱਖਾਂ 'ਚ ਪਾਣੀ ਦੇਖ ਸਿੱਧੂ ਨੂੰ ਬਹੁਤ ਦੁੱਖ ਹੋਇਆ ਤੇ ਉਹ ਆਪਣੇ ਪਿਤਾ ਤੋਂ ਅਖਬਾਰ ਲੈ ਕੇ ਆਪਣੇ ਕਮਰੇ 'ਚ ਚਲਾ ਗਿਆ। ਅਖਬਾਰ ਦੇ ਵਿੱਚ ਇੱਕ ਆਰਟੀਕਲ ਲਿਖਿਆ ਹੋਇਆ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਸਟ੍ਰੋਕਲੈਸ ਵੰਡਰ ਤੇ ਨਾਲ ਹੀ ਉਹਨਾਂ ਦੀ ਬੈਟਿੰਗ ਦਾ ਖੁੱਲ ਕੇ ਮਜ਼ਾਕ ਉਡਾਇਆ ਹੋਇਆ ਸੀ। ਆਰਟੀਕਲ ਪੜ੍ਹ ਕੇ ਸਿੱਧੂ ਦੀਆਂ ਅੱਖਾਂ 'ਚ ਪਾਣੀ ਆ ਗਿਆ ਤੇ ਉਹਨਾਂ ਨੇ ਆਰਟੀਕਲ ਪਾੜ ਕੇ ਆਪਣੀ ਅਲਮਾਰੀ ਵਿੱਚ ਚਿਪਕਾ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੇ ਮਨ ਬਣਾ ਲਿਆ ਕਿ ਹੁਣ ਉਹ ਟੀਮ ਇੰਡੀਆ 'ਚ ਸਿਲੈਕਟ ਹੋ ਕੇ ਹੀ ਰਹੇਗਾ। ਅਗਲੀ ਸਵੇਰ ਤੋਂ ਹੀ ਉਹਨਾਂ ਨੇ ਰੈਗੂਲਰ ਰਨਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਸਖਤ ਮਿਹਨਤ ਕਰਨ ਲੱਗ ਪਏ। ਜਦੋਂ ਉਹ ਪ੍ਰੈਕਟਿਸ ਕਰਦੇ ਸੀ ਤਾਂ ਉਹ ਇੱਕ ਦਿਨ ਦੇ 300 ਛੱਕੇ ਲਗਾ ਦਿੰਦੇ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਸਿੱਧੂ ਸਿਕਸਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਉਹਨਾਂ ਦੇ ਹੱਥਾਂ 'ਚ ਛਾਲੇ ਤੱਕ ਪੈ ਜਾਂਦੇ ਸੀ ਪਰ ਉਹ ਹਾਰ ਮੰਨਣ ਵਾਲੇ ਨਹੀਂ ਸੀ। ਉਹ ਆਪਣੀ ਪਾਕਟ ਮਨੀ ਨਾਲ ਚਾਕਲੇਟਾਂ ਖਰੀਦ ਕੇ ਬੱਚਿਆਂ ਵਿੱਚ ਵੰਡ ਦਿੰਦੇ ਸੀ ਤਾਂ ਕਿ ਉਹ ਬੱਚੇ ਉਹਨਾਂ ਲਈ ਬੋਲਿੰਗ ਕਰਾ ਸਕਣ ਤੇ ਉਹਨਾਂ ਦੀ ਪ੍ਰੈਕਟਿਸ ਹੋ ਸਕੇ। ਕਦੇ ਕਦੇ ਤਾਂ ਉਹ ਰਾਤ ਦੇ 1 ਵਜੇ ਤੱਕ ਪ੍ਰੈਕਟਿਸ ਕਰਦੇ ਸੀ। ਇਹਨਾਂ ਦਿਨਾਂ ਦੌਰਾਨ ਹੀ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਜਿਸ ਕਾਰਨ ਉਹ ਟੁੱਟ ਚੁੱਕੇ ਸੀ ਪਰ ਇੱਥੇ ਉਹਨਾਂ ਦੀ ਵਾਈਫ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ। ਜਿਸ ਤੋਂ ਬਾਅਦ 4 ਸਾਲ ਪ੍ਰੈਕਟਿਸ ਤੋਂ ਬਾਅਦ ਉਹਨਾਂ ਦਾ ਟੀਮ ਇੰਡੀਆ 'ਚ ਸਿਲੈਕਸ਼ਨ ਹੋ ਗਿਆ। ਉਹਨਾਂ ਨੇ 1987 ਦੇ ਵਰਲਡ ਕੱਪ ਵਿੱਚ 5 ਹਾਫ ਸੈਂਚੁਰੀਜ਼ ਤੇ 29 ਛੱਕੇ ਲਾ ਦਿੱਤੇ ਤੇ ਵਰਲਡ ਰਿਕਾਰਡ ਬਣਾ ਦਿੱਤਾ ਜੋ ਕਿ ਅੱਜ ਤੱਕ ਕਿਸੇ ਬੱਲੇਬਾਜ਼ ਤੋਂ ਨਹੀਂ ਟੁੱਟਿਆ। ਉਹਨਾਂ ਨੇ 1983 ਤੋਂ ਲੈ ਕੇ 1999 ਤੱਕ ਟੀਮ ਇੰਡੀਆ ਲਈ 51 ਟੈਸਟ ਮੈਚ ਤੇ 136 ਵਨਡੇ ਮੈਚ ਖੇਡੇ। ਕ੍ਰਿਕਟ 'ਚ ਸੰਨਿਆਸ ਲੈਣ ਤੋਂ ਬਾਅਦ ਉਹ ਕ੍ਰਿਕਟ ਦੇ ਵਿੱਚ ਕਮੈਂਟਰੀ ਵੀ ਕਰਦੇ ਰਹੇ। ਕਮੈਂਟਰੀ ਤੋਂ ਬਾਅਦ ਉਹ 2013 ਤੋਂ ਲੈ ਕੇ 2019 ਤੱਕ ਦਾ ਕਪਿਲ ਸ਼ਰਮਾ ਸ਼ੋਅ 'ਚ ਜੱਜ ਵੀ ਰਹੇ। ਸਨ 2012 'ਚ ਉਹ ਬਿੱਗ ਬੌਸ ਸ਼ੋਅ 'ਚ ਗਏ ਪਰ ਉਹਨਾਂ ਨੇ ਕਿਸੇ ਕਾਰਨ ਇਹ ਸ਼ੋਅ ਵਿਚਕਾਰ ਹੀ ਛੱਡ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਹਿੰਦੀ ਤੇ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ। ਹੁਣ ਜੇ ਉਹਨਾਂ ਦੇ ਪੋਲਿਟਿਕਸ ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ 2004 ਦੀਆਂ ਲੋਕ ਸਭਾ ਚੋਣਾਂ ਵਿੱਚ BJP ਵੱਲੋਂ ਅੰਮ੍ਰਿਤਸਰ ਤੋਂ ਜਿੱਤ ਪ੍ਰਾਪਤ ਕੀਤੀ ਪਰ ਕਿਸੇ ਕੋਰਟ ਕੇਸ ਕਾਰਨ ਉਹਨਾਂ ਨੂੰ ਆਪਣੀ ਕੁਰਸੀ ਛੱਡਣੀ ਪਈ, ਜਿਸ ਤੋਂ ਬਾਅਦ ਫੇਰ ਦੁਬਾਰਾ ਉਹ ਅੰਮ੍ਰਿਤਸਰ ਤੋਂ ਜਿੱਤੇ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਵਰੀ ਕਰ ਦਿੱਤਾ। 2014 ਦੀਆਂ ਚੋਣਾਂ ਤੋਂ ਪਹਿਲਾਂ ਸਿੱਧੂ ਅਕਾਲੀ ਦਲ ਵਾਲਿਆਂ ਖਿਲਾਫ ਬੋਲਣ ਲੱਗ ਪਿਆ, ਜਿਸ ਤੋਂ ਬਾਅਦ BJP ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਟਿਕਟ ਨਹੀਂ ਦਿੱਤੀ ਤੇ ਜਿਸ ਕਾਂਗਰਸ ਪਾਰਟੀ ਦੇ ਉਹ ਕੱਟੜ ਵਿਰੋਧੀ ਸੀ 2017 ਵਿੱਚ ਉਸੇ ਪਾਰਟੀ ਨਾਲ ਉਹ ਜੁੜ ਗਏ ਤੇ ਹੁਣ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਤੇ ਸਨ 2022 ਦੀਆਂ ਚੋਣਾਂ ਅੰਮ੍ਰਿਤਸਰ ਤੋਂ ਲੜ ਰਹੇ ਨੇ। ਹੁਣ ਜੇਕਰ ਉਹਨਾਂ ਦੇ ਅੰਮ੍ਰਿਤਸਰ ਦੇ ਵਿੱਚ ਘਰ ਬਾਰੇ ਗੱਲ ਕਰੀਏ ਤਾਂ ਉਹਨਾਂ ਦੇ ਘਰ ਨੂੰ ਤਿਆਰ ਹੋਣ 'ਚ 3 ਸਾਲ ਦਾ ਸਮਾਂ ਲੱਗਿਆ ਜੋ ਕਿ 25 ਕਰੋੜ ਰੁਪਏ ਦੀ ਰਕਮ ਨਾਲ ਤਿਆਰ ਹੋਇਆ। ਘਰ ਦੇ ਬਗੀਚੇ ਦੇ ਦੁਆਲੇ 600 ਸਾਲ ਪੁਰਾਣੇ ਦਰਖਤ ਲਗਾਏ ਗਏ ਨੇ। ਸਾਲ 2014 ਵਿੱਚ ਜਦੋਂ ਉਹਨਾਂ ਨੇ ਘਰ ਦਾ ਮਹੂਰਤ ਕੀਤਾ ਤਾਂ ਉਹਨਾਂ ਨੇ ਸਿੰਗਾਪੁਰ ਤੋਂ ਇੱਕ ਸਿਵਲਿੰਗ ਲਿਆ ਕੇ ਆਪਣੇ ਘਰ 'ਚ ਸਥਾਪਿਤ ਕੀਤਾ ਜਿਸ ਦੀ ਕੀਮਤ ਲਗਭਗ 28 ਕਰੋੜ ਰੁਪਏ ਹੈ। ਹੁਣ ਜੇ ਗੱਲ ਕਰੀਏ ਉਹਨਾਂ ਦੀ ਪ੍ਰਾਪਰਟੀ ਬਾਰੇ ਤਾਂ ਸਨ 2012 ਦੀਆਂ ਚੋਣਾਂ ਦੌਰਾਨ ਜੋ ਹਲਫਨਾਮਾ ਬਿਆਨ ਉਹਨਾਂ ਨੇ ਦਿੱਤਾ ਉਸ ਅਨੁਸਾਰ ਉਹਨਾਂ ਦੀ ਪ੍ਰਾਪਰਟੀ 22.58 ਲੱਖ ਤੇ ਪਤਨੀ ਦੀ ਪ੍ਰਾਪਰਟੀ 26.56 ਲੱਖ ਰੁਪਏ ਹੈ। ਇਸ ਦੇ ਨਾਲ ਹੀ ਇਹਨਾਂ ਕੋਲ 2.40 ਕਰੋੜ ਰੁਪਏ ਦੀ ਅਚਲ ਸੰਪਤੀ ਹੈ। ਸਿੱਧੂ ਕੋਲ 2 ਲੈਂਡ ਕਰੂਜ਼ਰ ਕਾਰਾਂ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਕੀਮਤ 11 ਲੱਖ ਰੁਪਏ ਹੈ ਤੇ ਦੂਜੀ ਦੀ ਕੀਮਤ 1 ਕਰੋੜ ਦੇ ਲਗਭਗ ਹੈ। ਇਸ ਤੋਂ ਇਲਾਵਾ ਇਹਨਾਂ ਕੋਲ ਇੱਕ ਫੋਰਚੂਨਰ ਕਾਰ ਵੀ ਹੈ ਜਿਸ ਦੀ ਕੀਮਤ 11.43 ਲੱਖ ਰੁਪਏ ਹੈ। ਉਹਨਾਂ ਕੋਲ 44 ਲੱਖ ਰੁਪਏ ਦੀਆਂ ਘੜੀਆਂ ਵੀ ਨੇ। ਉਹਨਾਂ ਦੇ ਬੈਂਕ ਖਾਤਿਆਂ ਵਿੱਚ 8,51,000 ਤੋਂ ਵੀ ਵੱਧ ਪੈਸੇ ਜਮ੍ਹਾਂ ਨੇ ਤੇ ਉਹਨਾਂ ਦੀ ਪਤਨੀ ਦੇ ਬੈਂਕ ਖਾਤੇ 'ਚ 65,26,000 ਰੁਪਏ ਜਮ੍ਹਾਂ ਨੇ। ਇਸ ਤੋਂ ਇਲਾਵਾ ਦੋਨਾਂ
ਉਹਨਾਂ ਕੋਲ 1 ਕਰੋੜ ਤੋਂ ਵੀ ਜ਼ਿਆਦਾ ਕੀਮਤ ਦੇ ਗਹਿਣੇ ਗੱਟੇ ਨੇ। ਸੋ ਇਹ ਸੀ ਨਵਜੋਤ ਸਿੰਘ ਸਿੱਧੂ ਦੀ ਬਾਇਓਗ੍ਰਾਫੀ। ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਬਾਕਸ 'ਚ ਆਪਣੀ ਰਾਏ ਜ਼ਰੂਰ ਦਿਓ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਫਿਰ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।